ਕੌਣ ਹੈ ਪਹਿਲੇ ਕਿ ਗੰਜਾ ਵੀ ਨਹੀਂ ਮਿਲ ਰਿਹਾ ਸੀ ਉਹ ਕੌਣ ਹੈ ਜਿਹੜਾ ਪਹਿਲੇ ਗੰਜਾ ਮਿਲ ਰਿਹਾ ਸੀ ਨਾ ਹਾਂਜੀ ਉਹ ਫਿਰ ਕੇ ਚਲਾ ਗਿਆ ਹੁਣ ਮੈਂ ਮਾਲਕ ਹਾਂ ਗੰਜਾ ਪਹਿਲੇ ਮਾਲਕ ਸੀ ਤੁਸੀਂ ਹੁਣ ਮਾਲਕ ਹੋਏ ਨਹੀਂ ਜੀ ਨਹੀਂ ਉਹ ਮੇਰਾ ਛੋਟਾ ਭਰਾ ਹੈ ਮੈਂ ਅਸੀਂ ਉਹ ਇਸ ਕਰ ਤੁਸੀਂ ਆਪਣੇ ਸੋੜੇ ਉਹ ਤੇ ਉਹ ਕਿੱਧਰ ਕਿਉਂ ਰਹਿ ਜਾਵੇਂ ਕੀ ਮਤਲਬ ਮਰ ਜਾਣਾ ਉਹ ਚੱਟੂਪੱਟਾ ਹੀ ਲੱਗਦਾ ਹੈ जिनी देर तक चट्टू बट्टा ना तुम मिले तो भी सुकून नहीं होता हेलो तमीज से बात किया अंदर यार तमीज आपकी मुझसे तमीज हेलो क्या है क्या है क्या है की है इथे हाथ ना ला सी लाया तो बच्चा हो जाएगा हेलो मेरे से बदतमीजी नहीं करनी वो आप पे चादरें चढ़ती हैं क्यों नहीं करनी बदतमीजी शुक्र कर इथे अल्लाह ने इज्जत दे दी अल्लाह सोना सच्चा जानता भाई जान ए जदों ड्रामे बंद होए ना ओदों इन्हां दे हालात देखण वाले सी तौबा मेरी आला पहले ड्रामे जो चलते उदो को कहता काजल जी मेरा दोस्त है इसके साथ मेरा सेल्फी छोड़ो नॉनसेंस ये गार्ड किधर है बदतमीज ना हो तो मैं आर्टिस्ट हूं तू बाहर जाके सेल्फी लूंगी ते जेड़े जो ड्रामे बंद हो गए मंडी के जेड़ा केले सीधे करता सी ना उन्होंने कह लग पी असी जानू की हाल है तेरा तबीता ठीक ने और शुक्र अलहमदुल्ला मुंडे तो फिर कितने सड़क रहे कुड़िया सारिया ਬੀਗੋ ਤੇ ਬਹਿ ਗਈਆਂ ਮੁਫਤ ਉਹਨਾਂ ਨੂੰ ਕਹੀ ਜਾ ਰਹੀਆਂ ਸੀ ਵੈਲਕਮ 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 ਨਾਸਰ ਵੈਲਕਮ ਸ਼ਰੀਫ ਵੈਲਕਮ 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 ਨਾਸਰ ਜ਼ੈਨ ਡੈਗਨ ਮਾਰ ਦੋ ਡੈਗਨ ਮਾਰ ਦੋ ਕੋ ਲੈ ਆਦੇ ਮੈਂ ਇਹ ਦੱਸਦਾ ਹਾਂ ਸਾਨੂੰ ਕਿ ਤੈਨੂੰ ਕਿਸੇ ਨੇ ਨਹੀਂ ਕੋਈ ਪਾਇਆ ਤੇ ਸਾਨੂੰ ਕਿਉਂ ਕਹਿ ਰਿਹਾ ਆਪਕੇ ਬਾਲ ਬਹੁਤ ਅੱਛੇ ਹਾਏ ਅੱਲਾ ਜੀ ਮੇਰੀ ਬਾਤ ਸੁਣੇ ਜੀ ਆ ਮੇਰੀ ਜੀ ਤਾਰੀਫ ਕਰੇ ਨਾ ਮੇਰਾ ਦਿਲ ਕਰ ਰਿਹਾ ਨਹੀਂ ਅੱਜ ਮੇਰਾ ਵੀ ਕਰ ਰਿਹਾ ਮੇਰਾ ਦਿਲ ਕਰ ਰਿਹਾ ਮੈਂ ਆਪ ਕੋ ਇਧਰ ਭੇਜ ਦੂੰ ਕਿਧਰ ਹਾਲ ਮੇ ਆ ਜਬ ਮੈਨੇ ਫੈਂਕਾ ਨਾ ਹਾਂ ਤੇ ਲੀਰੋ ਲੀਰ ਹੋ ਗਿਆ ਨਹੀਂ ਮੈਨੂੰ ਤਾਂ ਫੇਰ ਮੇਰੇ ਭਰਾਵਾਂ ਨੇ ਛੱਡ ਦੇਣਾ ਆ ਵੀ ਕਰ ਦੇਣਾ ਮਰ ਜਾਣੇ ਅੱਜ ਕੱਲ ਉਹਨਾਂ ਦਾ ਟੇਸਟ ਹੀ ਮੁੰਡਾ ਹੀ ਦੱਸ ਦੱਸੋ ਭਾਈ ਜਾਨ ਤੁਸੀਂ ਆਪਣੇ ਇਮਾਨ ਨਾਲ ਦੱਸਣਾ ਹੈ ਕਿਹੜੀ ਸਾਈਡ ਸੁਣਦੇ ਹੋ ये बात देखा ना जेड़ा तरसिया पिया हेलो उसके बारे में वाली जेड़ी सी वो लैन दी है पहचान लीजिए तो लै जो नहीं नहीं तो अड़ तो लुकाई है अच्छा ये तो ब्याह होएगा तेरे खामत में आके कहना है की तो
ਉਹ ਭਾਈ ਜੀ ਇੰਜ ਹੀ ਲੱਗਣ ਦਿਆ ਜਿਵੇਂ ਮੈਂ ਮੌਤ ਦੇ ਖੂਹ ਚ ਜਾਵਾਂ ਚਲਾ ਕੀ ਕਹਿ ਰਹੇ ਜੀ ਮੈਂ ਕਹ ਜੀ ਹਾਂਜੀ ਹਲੇ ਤੱਕ ਮੈਂ ਬਿਲਕੁਲ ਨਾ ਜ਼ੀਰੋ ਮੀਟਰ ਅੰਟਾਚਾ ਕਾਜਲ ਰੋਜ਼ੀ ਵਾਲੇ ਅੱਡੇ ਤੇ ਖਲੋਤੀ ਹੈ ਉਹ ਪੱਤਰੀ ਵੀ ਕੱਸ ਗਈ ਹੈ ਜਿਹਦੇ ਉੱਤੇ ਮੀਟਰ ਟੰਗਿਆ ਸੀ ਮਾਫ ਕਰੋ ਵਾਕੀ ਮੈਂ ਵਾਕੀ ਜ਼ੀਰੋ ਮੀਟਰ ਆ ਨਾ ਕਰ ਕਸਮੇ ਇੱਥੇ ਕੋਈ ਨਹੀਂ ਭੁੱਖਾ ਕੀ ਵਿਖਾਉਣਾ ਚਾਹ ਰਹੀ ਤੂੰ ਨਾ ਕਰ ਇਹ ਕਰ ਵੇ ਇਹ ਮਾਰ ਕੀ ਪਿੱਛੇ ਨਸੀ ਜਾਂਦਾ ਮਾਰ ਛਾੜੋ ਆਪਾਂ ਨੂੰ ਸਮਝਾ ਮੈਂ ਸਿਰਫ ਦਾਦਾ ਇਸ ਗੱਲ ਤੋਂ ਆ ਕਿ ਇਹੋ ਜਿਹੀ ਚੀਜ਼ ਨੂੰ ਕੋ ਰੋਣਾ ਬਾਹਰ ਵੀ ਨਹੀਂ ਲਿਆਉਣਾ ਪੈਂਦਾ ਇੱਥੋਂ ਕਰ ਕੀ ਮਸਲਾ ਤੇ ਤੂੰ ਮਰ ਜਾਣਾ ਕਿਉਂ ਪੁੱਤਰ ਮੇਰੇ ਕੋ ਡਰਾਉਂਦੇ ਨੇ ਵੇਖੋ ਉਧਰ ਮੈਂ ਇੰਜ ਕਰਾਂ ਕੋਈ ਵੀ ਨਾ ਡਰੇ ਕਿਉਂ ਜੀ ਦੱਸੋ ਉਹਨਾਂ ਨੂੰ ਤੇਰਾ ਪਤਾ ਨਹੀਂ ਨਾ ਹੈਗਾ ਸਭ ਤੋਂ ਪਹਿਲੇ ਜਾਮਾ ਬਕਾਉਂਦੀ ਹੈ ਤੂੰ ਨਾ ਕਰ ਮੈਨੂੰ ਇੰਜ ਹੀ ਲੱਗਣਾ ਮੈਂ ਖੂਹ ਚ ਬੋਕਾ ਸੁਣਿਆ ਖੜੋ ਤੈਨੂੰ ਪਤਾ ਹੀ ਨੀ ਮੇਰਾ ਪਾਪਾ ਕਿੱਡਾ ਅਮੀਰ ਆਦਮੀ ਹੈ ਏਡਾ ਵੱਡਾ ਘਰ ਉਹ ਲੈ ਉਹਨੇ ਸਾਰੀ ਪ੍ਰਾਪਰਟੀ ਦੀਆਂ ਨੀਂਹਾਂ ਹਲਾਤੀਆਂ ਮੇਰੇ ਪਾਪਾ ਜੀ ਕੋਲ ਏਡੀ ਵੱਡੀ ਗੱਡੀ ਹੈ ਰਹਿਣ ਹੀ ਨਹੀਂ ਦੇਣੀ ਤੂੰ ਕੀ ਏਡਾ ਵੱਡਾ ਘਰ ਹੈ ਸਾਡਾ ਸਾਡਾ ਘਰ ਮੇਰੇ ਪਾਪਾ ਜੀ ਦੇ ਨਾਮੇ ਜਿਹੜਾ ਹੈਗਾ ਸਾਡੇ ਘਰ ਦੇ ਵਿੱਚ ਇੱਕ ਟਾਈਮ ਦੇ ਵਿੱਚ ਚਾਰ ਚਾਰ ਮੌਸਮ ਨੇ ਸਾਡੇ ਕਮਰੇ ਦੇ ਵਿੱਚ ਬਾਰਿਸ਼ ਹੋ ਰਹੀ ਹੁੰਦੀ ਦੂਜੇ ਕਮਰੇ ਦੇ ਵਿੱਚ ਧੁੰਦ ਪੈ ਰਹੀ ਹੁੰਦੀ ਤੀਜੇ ਕਮਰੇ ਦੇ ਵਿੱਚ ਖਿਜ਼ਾ ਦਾ ਮੌਸਮ ਹੁੰਦਾ ਹੈ ਹਾਂਜੀ ਜਦੋਂ ਸਾਡਾ ਦਿਲ ਕਰਦਾ ਨਾ ਕਿ ਬਾਰਿਸ਼ ਹੋਵੇ ਮੇਰੇ ਅੱਬਾ ਜੀ ਕੋਈ ਏਡੀ ਵੱਡੀ ਡਾਂਗ ਹੈ ਅਸੀਂ ਬੱਦਲਾਂ ਚ ਮਾਰਦੇ ਮੀਂਹ ਪੈ ਜਾਂਦਾ ਸਾਡੇ ਘਰ ਚ ਚਾਰ ਚਾਰ ਮੌਸਮ ਨੇ ਹਾਂਜੀ ਅੱਬਾ ਜੀ ਫਿਰ ਸਾਲਿਓ ਬੱਚਾ ਨਹੀਂ ਜੰਮਣ ਦੇ